ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ ਤੁਹਾਡਾ ਆਪਣੇ PV30 ਵਾਲੇ ਗੱਲ YouTube ਚੈਨਲ ਉੱਤੇ। ਅੱਜ ਦੀ ਵੀਡੀਓ ਬਾਈ ਜੀ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ, ਕਿਉਂਕਿ ਸਰਦੀ ਦਾ ਮੌਸਮ ਚੱਲ ਚੁੱਕਿਆ ਹੈ। ਬੱਕਰੀਆਂ ਅਤੇ ਬੱਕਰੀਆਂ ਦੇ ਬੱਚਿਆਂ ਨੂੰ ਸਰਦੀ ਲੱਗਣ ਤੋਂ ਬਚਾਉਣਾ ਕਿਵੇਂ ਆ, ਇਸ ਟੋਪਿਕ 'ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਵੀਡੀਓ ਨੂੰ ਬਾਈ ਜੀ ਐਂਡ ਤੱਕ ਜ਼ਰੂਰ ਵੇਖਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਵੀ ਜ਼ਰੂਰ ਕਰ ਦਿਓ। ਹਾਂਜੀ ਬਾਈ ਜੀ, ਜੋ ਭਰਾ ਆਪਣੇ ਚੈਨਲ ਉੱਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਜਿਹੜੀਆਂ ਨਵੀਆਂ ਵੀਡੀਓਆਂ ਅਸੀਂ ਬੱਕਰੀ ਪਾਲਣ ਦੇ ਸੰਬੰਧ ਵਿੱਚ ਬਣਾਉਂਦੇ ਹਾਂ ਉਹਦਾ ਤੁਸੀਂ ਵੇਖ ਸਕੋ, ਤਾਂ ਜੋ ਕਿਸੇ ਵੀ ਵੀਰ ਭਰਾ ਦਾ ਜਿਹੜਾ ਫਾਰਮ ਦਾ ਨੁਕਸਾਨ ਨਾ ਹੋ ਸਕੇ। ਜਿੰਨੀ ਕੁ ਬਾਈ ਕੋਸ਼ਿਸ਼ ਕਰਦੇ ਹਾਂ ਵੀ ਨਵੇਂ ਤੋਂ ਨਵੇਂ ਫਾਰਮਰ ਨੂੰ ਕੋਈ ਨਾ ਕੋਈ ਘਾਟਾ ਨਾ ਪਵੇ। ਅਤੇ ਅੱਜ ਦੀ ਵੀਡੀਓ ਆ ਬਾਈ ਜੀ, ਸਰਦੀ ਦਾ ਮੌਸਮ ਚੱਲ ਚੁੱਕਿਆ ਅਤੇ ਆਪਾਂ ਜੀ ਬਾਈ ਜੀ ਜੋ ਅੱਜ ਦਾ ਮੇਨ ਟੋਪਿਕ ਹੈ ਇਸ ਵੀਡੀਓ ਬਣਾਉਣ ਦਾ ਬਾਈ ਜੀ, ਉਹ ਹੈਗਾ ਸਰਦੀਆਂ, ਵੀ ਬੱਕਰੀਆਂ ਅਤੇ ਬੱਕਰੀਆਂ ਦੇ ਬੱਚਿਆਂ ਨੂੰ ਜਿਹੜਾ ਆਪਾਂ ਵੀ ਸਰਦੀ ਲੱਗਣ ਤੋਂ ਕਿਵੇਂ ਬਚਾਉਣਾ, ਜੇ ਸਰਦੀ ਲੱਗੀ ਵੀ ਜਾਂਦੀ ਹੈ ਤਾਂ ਆਪਾਂ ਉਹਦਾ ਇਲਾਜ ਕਿਸ ਤਰ੍ਹਾਂ ਕਰਨਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਤੁਹਾਨੂੰ ਬੱਚਿਆਂ ਨੂੰ ਦੱਸਦੇ ਹਾਂ ਵੀ ਬੱਚਿਆਂ ਨੂੰ ਆਪਾਂ ਕਿਵੇਂ ਸਰਦੀ ਲੱਗਣ ਤੋਂ ਬਚਾਉਣਾ। ਪਹਿਲਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਆਪਣਾ ਪਿੰਜਰਾ ਇੱਕ ਬਾਈ ਜੀ, ਉਸ ਉੱਪਰ ਆਪਾਂ ਨੇ ਇੱਕ ਲੀੜਾ ਪਾ ਰੱਖਿਆ, ਇਸ ਵਿੱਚ ਆਪਣੇ ਬੱਚੇ ਆ ਬਾਈ ਜੀ ਜੋ ਆਪਣੇ ਫਾਰਮ ਦੇ ਬੱਚੇ ਆ, ਤੁਸੀਂ ਵੇਖ ਸਕਦੇ ਹੋ। ਹੇਠਾਂ ਆਪਾਂ ਬਾਈ ਜੀ ਪਰਾਲੀ ਖਲਿਆਰੀ ਹੋਈ ਹੈ ਵੀ ਤਾਂ ਜੋ ਥੱਲੋਂ ਵੀ ਇਹਨਾਂ ਨੂੰ ਨੈਗ ਮਿਲ ਸਕੇ, ਅਤੇ ਉੱਪਰ ਆਪਾਂ ਬਾਈ ਜੀ 100 ਵਾਟ ਦਾ ਬਲਬ ਲਾਇਆ ਹੋਇਆ ਇਹਦੇ ਉੱਪਰ, ਤਾਂ ਜੋ ਉੱਤੋਂ ਵੀ ਇਹਨਾਂ ਨੂੰ ਗਰਮੈਸ਼ ਮਿਲ ਸਕੇ, ਤੁਸੀਂ ਵੇਖ ਸਕਦੇ ਹੋ। ਕਿਉਂਕਿ ਬੱਕਰੀ ਪਾਲਣ ਵਿੱਚ ਬਾਈ ਜੋ ਮੇਨ ਕਮਾਈ ਦਾ ਸਾਧਨ ਆ ਉਹ ਬੱਚੇ ਹੀ ਹੈ, ਇਸ ਕਰਕੇ ਆਪਾਂ ਨੂੰ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰਦੀ ਦੇ ਵਿੱਚ ਇਹਨਾਂ ਦੀ ਮ੍ਰਿਤਿਊ ਦਰ ਜਿਹੜੀ ਬਹੁਤ ਵੱਧ ਜਾਂਦੀ ਹੈ। ਆ ਤੁਸੀਂ ਵੇਖ ਸਕਦੇ ਥੱਲੇ ਪਰਾਲੀ ਖਿੱਲੀ ਅਤੇ ਬੱਚੇ ਆਰਾਮ ਨਾਲ ਬੈਠੇ ਆ, ਉੱਪਰ ਬਲਬ ਚੱਲ ਰਿਹਾ 100 ਵਾਟ ਦਾ ਵੀ ਗਰਮੈਸ਼ ਰਹਿੰਦੀ ਹੈ। ਇਸ ਤਰ੍ਹਾਂ ਬਾਈ ਜੀ ਆਪਾਂ ਬੱਚੇ ਰੱਖਣੇ, ਜਿੰਨਾ ਵੀ ਹੋ ਸਕਦਾ ਨਿੱਘੀ ਥਾਂ ਦੇ ਵਿੱਚ ਬੱਚਿਆਂ ਨੂੰ ਰੱਖੋ, ਜ਼ਿਆਦਾ ਖੁੱਲ੍ਹੀ ਥਾਂ ਵਿੱਚ ਬੱਚੇ ਬਾਈ ਜੀ ਨਾ ਰੱਖੋ, ਅਤੇ ਹੋ ਸਕਦਾ ਵੱਧ ਤੋਂ ਵੱਧ ਬੱਚਿਆਂ ਨੂੰ ਦੁੱਧ ਪਿਆਓ, ਤਾਂ ਜੋ ਬੱਚੇ ਬੰਦਾ ਢਿੱਡ ਤੋਂ ਭੁੱਖੇ ਨਾ ਰਹਿਣ। ਜ਼ਿਆਦਾ ਬਿਮਾਰੀ ਬੱਚੇ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਬੱਚਾ ਭੁੱਖਾ ਰਹਿੰਦਾ, ਬੱਚਾ ਰੱਜਿਆ ਹੋਊਗਾ ਤਾਂ ਬਿਮਾਰੀ ਬਾਈ ਜੀ ਆਟੋਮੈਟਿਕ ਬਹੁਤ ਘੱਟ ਹੁੰਦੀ ਹੈ, ਬਾਕੀ ਸਰਦੀ ਲੱਗਣ ਦਾ ਵੀ ਕੋਈ ਚਾਂਸ ਨਹੀਂ ਜੇ ਬੱਚਾ ਦੁੱਧ ਨਾ ਰੱਜਿਆ ਹੋਇਆ ਤਾਂ। ਅਤੇ ਬਾਕੀ ਬਾਈ ਜੀ ਆਪਾਂ ਤੁਹਾਨੂੰ ਬੱਕਰੀਆਂ ਦਾ ਵੀ ਦੱਸਾਂਗੇ ਕਿਵੇਂ ਬਚਾਉਣਾ। ਆਹ ਤੁਸੀਂ ਵੇਖ ਸਕਦੇ ਹੋ ਆਪਣਾ ਬਾਈ ਜੀ ਫਾਰਮ, ਆਪਾਂ ਫਾਰਮ ਪੂਰੀ ਤਰ੍ਹਾਂ ਬੰਦ ਕਰ ਰੱਖਿਆ ਅੱਗੋਂ ਤਰਪਾਲ ਪਾ ਕੇ, ਤਾਂ ਜੋ ਸਰਦੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟਰਫੇਨ ਹੋ ਸਕਦੇ। ਬੱਚਿਆਂ ਦਾ ਕੇਜ ਆਪਾਂ ਅਲੱਗ ਬਣਾਉਣਾ, ਕਿਉਂਕਿ ਬੱਚਿਆਂ ਦਾ ਕੇਜ ਜਿੰਨਾ ਛੋਟਾ ਹੋਊਗਾ ਬਾਈ ਜੀ ਉਨਾ ਹੀ ਬੱਚੇ ਨਿੱਘੀ ਥਾਂ 'ਚ ਰਹਿ ਸਕਣਗੇ। ਬਾਕੀ ਤੁਹਾਨੂੰ ਆ ਜਾਓ ਬਾਹਰ ਦਵਾਈਆਂ ਬਾਰੇ ਵੀ ਦੱਸਦੇ ਵੀ ਜੇ ਕੋਈ ਸਰਦੀ ਲੱਗਦੀ ਹੈ ਜਾਨਵਰ ਨੂੰ ਤਾਂ ਆਪਾਂ ਕਿਹੜੀ ਕਿਹੜੀ ਦਵਾਈ ਉਹਨਾਂ ਨੂੰ ਦੇ ਸਕਦੇ ਹਾਂ ਅਤੇ ਉਹਨਾਂ ਦਾ ਟ੍ਰੀਟਮੈਂਟ ਆਪਾਂ ਕਿਵੇਂ ਕਰ ਸਕਦੇ, ਛੋਟੇ ਬੱਚਿਆਂ ਦਾ ਵੀ ਦੱਸਾਂਗੇ ਅਤੇ ਬਾਈ ਜੀ ਵੱਡੀਆਂ ਬੱਕਰੀਆਂ ਦਾ ਵੀ ਦੱਸਾਂਗੇ। ਹਾਂਜੀ, ਆਹ ਤੁਸੀਂ ਵੇਖ ਸਕਦੇ ਹੋ ਵੀ ਬਾਹਰੋਂ ਵੀ ਆਪਾਂ ਫਾਰਮ ਪੂਰੀ ਤਰ੍ਹਾਂ ਆਪਾਂ ਬਾਈ ਜੀ ਬੰਦ ਕਰ ਰੱਖਿਆ ਤਾਂ ਜੋ ਫਾਰਮ ਅੰਦਰ ਨਿੱਘਾ ਰਹੇ। ਹਾਂਜੀ ਬਾਈ ਜੀ, ਜੇ ਬੱਚਿਆਂ ਨੂੰ ਮਤਲਬ ਸਰਦੀ ਲੱਗ ਵੀ ਜਾਂਦੀ ਹੈ ਆਪਾਂ ਉਹਦਾ ਇਲਾਜ ਕਿਸ ਤਰ੍ਹਾਂ ਕਰਨਾ, ਆਹ ਦਵਾਈ ਬਾਈ ਜੀ ਤੁਸੀਂ ਵੇਖ ਸਕਦੇ ਹੋ ਇਨਰੋਫਲੋਕਸਿਨ, ਇਹ ਦਵਾਈ ਜੀ ਬਾਈ ਆਪਾਂ ਛੋਟੇ ਬੱਚਿਆਂ ਨੂੰ ਦੇ ਸਕਦੇ ਹਾਂ। ਇਨਰੋਫਲੋਕਸਿਨ ਇੰਜੈਕਸ਼ਨ ਵੀ ਆਉਂਦਾ, ਛੋਟੇ ਬੱਚਿਆਂ ਦੇ ਵਿੱਚ ਆਪਾਂ ਯੂਜ ਨਹੀਂ ਕਰ ਸਕਦੇ ਇਹ ਦਵਾਈ ਜੀ, ਮਹੀਨੇ ਦੇ ਬੱਚੇ ਨੂੰ ਇਹ ਆਪਾਂ ਅੱਧਾ ਐਮ ਐਲ ਦੇ ਸਕਦੇ ਹਾਂ, 0.5 ml ਆਪਾਂ ਇਹ ਮਹੀਨੇ ਦੇ ਬੱਚੇ ਨੂੰ ਦੇ ਸਕਦੇ ਹਾਂ, ਸੁਬਹਾ ਅੱਧਾ ਐਮ ਐਲ, ਅੱਧਾ ਐਮ ਐਲ ਸ਼ਾਮ, ਕਿਉਂਕਿ ਆਪਾਂ ਛੋਟੇ ਬੱਚੇ ਨੇ ਇੰਜੈਕਸ਼ਨ ਨਹੀਂ ਯੂਜ਼ ਕਰ ਸਕਦੇ, ਇਸ ਲਈ ਇਹ ਦਵਾਈ ਬਹੁਤ ਹੀ ਵਧੀਆ ਬਾਈ ਰਿਜ਼ਲਟ ਆ। ਅਸੀਂ ਵੀ ਆਪਣੇ ਫਾਰਮ ਉੱਪਰ ਇਹੀ ਦਵਾਈ ਯੂਜ਼ ਕਰਦੇ ਹਾਂ ਜੀ। ਇਹ ਵਿਮਰਾਇਲ ਵਿਰਵਾਇਕ ਕੰਪਨੀ ਦਾ ਆਉਂਦਾ, ਇਹ ਆਪਾਂ ਛੋਟੇ ਬੱਚੇ ਨੂੰ 1 ਮਹੀਨੇ ਦੇ ਬੱਚੇ ਨੂੰ ਅੱਧਾ ਐਮ ਐਲ ਤੋਂ 1 ml ਜੇ ਦਿੰਦੇ ਰਹੇ ਤਾਂ ਨਾਲ ਦੀ ਜਿੰਨੇ ਵੀ ਵਿਟਾਮਿਨ ਦੀ ਕਮੀ ਮਤਲਬ ਬੱਚੇ 'ਚ ਆਉਂਦੀ ਆ ਉਹ ਨਹੀਂ ਆਉਂਦੀ, ਇਹ ਉਹਨਾਂ ਨੂੰ ਪੂਰੀ ਕਰ ਦਿੰਦਾ। ਦੁੱਧ ਦੇ ਨਾਲ ਨਾਲ ਇਹ ਆਪਾਂ ਜ਼ਰੂਰ ਸ਼ੁਰੂ ਕਰਨਾ, ਤੁਸੀਂ ਵੇਖ ਸਕਦੇ ਵੀਡੀਓ ਦੇ ਵਿੱਚ, ਇਹ ਛੋਟੇ ਬੱਚਿਆਂ ਨੂੰ ਜ਼ਰੂਰ ਦੇਣਾ ਬਈ, ਅੱਧਾ ਤੋਂ 1 ml ਆਪਾਂ ਦੇ ਸਕਦੇ 1 ਮਹੀਨੇ ਦੇ ਬੱਚੇ ਨੂੰ, ਤਾਂ ਜੋ ਜਿਹੜੀ ਵੀ ਵਿਟਾਮਿਨ ਦੀ ਕਮੀ ਹੈ ਬੱਚੇ ਵਿੱਚ ਨਾ ਆ ਸਕੇ। ਅਤੇ ਬਾਈ ਹੁਣ ਆਪਾਂ ਵੱਡੇ ਮਤਲਬ ਬੱਕਰੀਆਂ 'ਚ ਜੇ ਮਤਲਬ ਖਾਂਸੀ ਜ਼ੁਕਾਮ ਦੀ ਪ੍ਰੋਬਲਮ ਆਉਂਦੀ ਹੈ ਸਰਦੀ ਲੱਗਣ ਕਾਰਨ, ਉਹਦਾ ਆਪਾਂ ਇਲਾਜ ਕੀ ਕਰ ਸਕਦੇ ਹਾਂ। ਇੱਕ ਤਾਂ ਬਾਈ ਜੀ ਆਹ ਦਵਾਈ ਤੁਹਾਨੂੰ ਦੱਸਿਆ ਵੀ ਛੋਟੇ ਬੱਚਿਆਂ 'ਚ ਵੀ ਯੂਜ਼ ਕਰ ਸਕਦੇ ਹਾਂ ਇਨਰੋਫਲੋਕਸਿਨ, ਇਹ ਆਪਾਂ ਵੱਡੇ ਬੱਕਰੀਆਂ ਜਾਂ ਬੱਕਰਿਆਂ 'ਚ ਵੀ ਯੂਜ਼ ਕਰ ਸਕਦੇ ਹਾਂ, ਇਹਦੀ ਮਾਤਰਾ ਵੱਧ ਜੂਗੀ, 3 ਤੋਂ 5 ml ਆਪਾਂ ਬੱਕਰੀਆਂ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਇਹ ਸੁਬਹਾ ਸ਼ਾਮ ਰਿਪੀਟ ਕਰ ਸਕਦੇ ਹਾਂ, ਬਹੁਤ ਵਧੀਆ ਰਿਜ਼ਲਟ ਆ ਬਾਈ ਜੀ ਇਸਦਾ। ਬਾਕੀ ਜੇ ਕੋਈ ਵੀਰ ਭਰਾ ਇੰਜੈਕਸ਼ਨ ਲਾ ਸਕਦਾ ਤਾਂ ਬਾਈ ਜੀ ਏਵਲ, ਇਹ ਵੀ 3 ਤੋਂ 5 ml ਵੱਡੀਆਂ ਬੱਕਰੀਆਂ ਦੇ ਵਿੱਚ ਯੂਜ਼ ਹੋ ਸਕਦਾ। ਬਰਬਰੀ ਦੇ ਵਿੱਚ ਬਾਈ ਜੀ 2 ਤੋਂ 3 ml ਯੂਜ਼ ਕਰ ਸਕਦੇ ਹਾਂ ਆਪਾਂ ਇਹਨੂੰ। ਅਤੇ ਇਨਰੋਫਲੋਕਸਿਨ ਇੰਜੈਕਸ਼ਨ ਵੀ ਆਉਂਦਾ ਬਾਈ ਜੀ, ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਤੁਸੀਂ ਵੇਖ ਸਕਦੇ ਹੋ। ਇਹ ਬਰਬਰੀ ਨਸਲ 'ਚ ਬਾਈ ਜੀ 2 ਤੋਂ 2.5 ml ਆਪਾਂ ਯੂਜ਼ ਕਰ ਸਕਦੇ ਹਾਂ, 2.5 ਸੁਬਹ 2.5 ਸ਼ਾਮ ਨੂੰ ਰਿਪੀਟ ਕਰ ਸਕਦੇ ਹਾਂ ਆਪਾਂ ਬਾਈ ਜੀ। ਇਹ ਬਾਈ ਜੀ ਆਪਾਂ 2 ਜਾਂ 3 ਦਿਨ ਯੂਜ਼ ਕਰਨਾ, ਬੱਕਰੀ ਆਪਣੀ ਬਿਲਕੁਲ ਠੀਕ ਹੋ ਜੂਗੀ। ਇੱਕ ਬਾਈ ਜੀ ਦੇਸੀ ਇਲਾਜ ਹੁੰਦਾ ਕਾਫਲੋਨ ਪਾਊਡਰ, ਆਹ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ, ਇਹ 10 ਤੋਂ 15 ਗ੍ਰਾਮ ਆਪਾਂ ਯੂਜ਼ ਕਰ ਸਕਦੇ ਹਾਂ ਇੱਕ ਬੱਕਰੀ ਨੂੰ ਦੇ ਸਕਦੇ ਹਾਂ।
ਇਹਦਾ ਰਿਜ਼ਲਟ ਵੀ ਬਾਈ ਜੀ ਬਹੁਤ ਵਧੀਆ। ਜੇ ਕਿਸੇ ਬੱਕਰੀ ਨੂੰ ਜਾਂ ਬੱਕਰੇ ਨੂੰ ਮੰਨ ਲਓ ਆਪਣੇ ਸਰਦੀ ਲੱਗ ਗਈ ਹੈ ਤਾਂ ਆਪਾਂ ਇਹ ਚੀਜ਼ਾਂ ਯੂਜ਼ ਕਰਕੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਬਾਈ ਜੀ ਵੀਡੀਓ ਜੀ ਆਪਣੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਈ ਜੀ। ਜਿਹੜੇ ਭਰਾ ਆਪਣੇ ਚੈਨਲ ਉੱਪਰ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇ ਕਿਸੇ ਵੀਰ ਭਰਾ ਦਾ ਕੋਈ ਵੀ ਸਵਾਲ ਆ ਤਾਂ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤਾਂ ਜੋ ਕਿ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਈ ਜਾਵੇ ਤਾਂ ਜੋ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚ ਸਕੀਏ। ਧੰਨਵਾਦ ਬਾਈ ਜੀ।